ਇਹ ਜਿਹੜਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ 13 ਦਿਨ ਮੂਹਰੇ ਤੇ ਏਕਾ ਤਾਂ ਉੜੇ ਗਿਆ ਤੇ ਅਸਲ ਦੇ ਵਿੱਚ ਇਹ ਝਾੜੂ ਉੜ ਗਿਆ, ਝਾੜੂ ਕਿੱਲਰ ਗਿਆ ਤੇ ਇੱਥੇ ਕੋਈ ਗੱਲ ਹੁਣ ਇਹਨਾਂ ਦੀ ਹੈ ਰਹਿ ਨਹੀਂ ਗਈ। ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕਰਾਂਗਾ ਔਰ ਮੈਂ ਮੰਗ ਕਰਦਾ ਉਹਨਾਂ ਤੋਂ ਕਿ ਉਹ ਤੁਰੰਤ ਆਪਣਾ ਇਖਲਾਕੀ ਤੌਰ 'ਤੇ ਅਸਤੀਫਾ ਦੇਣ ਅਤੇ ਇਹ ਨਾ ਹੋਵੇ ਕਿ ਉਹਦੇ MLA ਉਹਨਾਂ ਨੂੰ ਰਲ ਕੇ ਉਤਾਰ ਦੇਣ। ਇਸ ਲਈ ਅਸੀਂ ਮੰਗ ਕਰਦੇ ਹਾਂ ਕਾਂਗਰਸ ਪਾਰਟੀ ਵੱਲੋਂ ਕਿ ਉਹ ਤੁਰੰਤ ਅਸਤੀਫਾ ਦੇਣ। ਮੈਂ ਪਹਿਲਾਂ ਵੀ ਕਿਹਾ ਸੀ ਵੀ ਸਟੇਜ ਚਲਾਉਣ ਔਰ ਸਟੇਟ ਚਲਾਉਣ ਦੇ ਵਿੱਚ ਫਰਕ ਹੁੰਦਾ, ਜ਼ਰੂਰੀ ਨਹੀਂ ਜਿਹੜਾ ਬੰਦਾ ਸਟੇਜ ਚਲਾਉਂਦਾ ਉਹ ਸਟੇਟ ਵੀ ਚਲਾ ਸਕੇ। ਸੋ ਉਹੀ ਗੱਲ ਹੋਈ ਹੈ, ਭਗਵੰਤ ਮਾਨ ਜੀ ਸਟੇਟ ਨੂੰ ਚਲਾਉਣ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਹੈ। ਉਹ ਅੱਜ ਤੱਕ ਆਪਣੇ ਆਪ ਨੂੰ ਸਟੇਜ ਕਲਾਕਾਰ ਹੀ ਸ਼ੋਅ ਕਰਦੇ ਆਏ ਹੈ ਅਤੇ ਡਰਾਮੇ ਹੀ ਕਰਦੇ ਰਹੇ ਹੈ, ਉਹਨਾਂ ਦੇ ਡਰਾਮਿਆਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਜਲੰਧਰ ਦੇ ਚੋਣ ਮੈਦਾਨ ਦੇ ਵਿੱਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਅੱਜ ਸ਼੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦਾਂ ਦੀ ਧਰਤੀ ਵਿਖੇ ਸ਼੍ਰੀ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਨੇ, ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਮੇਰੇ ਨਾਲ ਚਰਨਜੀਤ ਸਿੰਘ ਚੰਨੀ ਹੋਰੀ ਨੇ ਗੱਲ ਕਰਾਂਗੇ ਚੰਨੀ ਸਾਹਿਬ ਦੇ ਨਾਲ। ਚੰਨੀ ਸਾਹਿਬ ਕੀ ਲੱਗਦਾ, ਇਸ ਧਰਤੀ ਤੋਂ ਹਮੇਸ਼ਾ ਆਸ਼ੀਰਵਾਦ ਲੈ ਕੇ ਤੁਸੀਂ ਚੋਣਾਂ ਲੜਦੇ ਰਹੇ ਹੋ, ਹਮੇਸ਼ਾ ਚੋਣ ਮੈਦਾਨ ਦੇ ਵਿੱਚ ਉਤਰਦੇ ਰਹੇ ਹੋ, ਸ਼ੁਕਰਾਨੇ ਵੀ ਇਸ ਧਰਤੀ ਦੇ ਉੱਤੇ ਆ ਕੇ ਕਰਦੇ ਰਹੇ ਹੋ, ਅੱਜ ਵੀ ਸ਼ੁਕਰਾਨਾ ਕਰਨ ਦੇ ਲਈ ਆਏ ਹੋ। ਜਦੋਂ ਜਲੰਧਰ ਲੜਨ ਦੇ ਲਈ ਗਏ ਸੀ ਉਦੋਂ ਵੀ ਇਸੇ ਧਰਤੀ ਤੋਂ ਆਸ਼ੀਰਵਾਦ ਲੈ ਕੇ ਇੱਥੇ ਨਤਮਸਤਕ ਹੋਣ ਦੇ ਲਈ ਗਏ ਸੀ, ਕੀ ਕਹਿਣਾ? ਗਰ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ, ਚਮਕ ਹੈ ਮਿਹਰ ਕੀ ਹੈ ਚਮਕੌਰ ਤੇਰੇ ਜਰਰੋ ਮੇ, ਸਿਆਰੇ ਯਹੀਂ ਸੇ ਗਏ ਆਸਮਾਂ ਕੇ ਲੀਏ। ਅੱਜ ਮੈਂ ਆਪਣੀ ਜੰਪਲ ਧਰਤੀ ਚਮਕੌਰ ਸਾਹਿਬ ਦੇ ਵਿੱਚ ਸਿੰਘਾਂ ਸ਼ਹੀਦਾਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਹੋਰ ਸਾਰੇ ਸਿੰਘਾਂ ਸ਼ਹੀਦਾਂ ਨੂੰ ਸਮਰਪਿਤ ਹੋਣ ਲਈ, ਉਹਨਾਂ ਨੂੰ ਨਤਮਸਤਕ ਹੋਣ ਲਈ ਚਮਕੌਰ ਸਾਹਿਬ ਪਹੁੰਚਿਆ। ਬਹੁਤ ਵੱਡੀ ਇਤਿਹਾਸਕ ਜਿੱਤ ਜਿਹੜੀ ਹੈ ਉੱਥੇ ਜਲੰਧਰ ਲੋਕ ਸਭਾ ਦੇ ਵਿੱਚ ਹੋਈ ਹੈ, ਲੋਕਾਂ ਨੇ ਬਹੁਤ ਬੜਾ ਪਿਆਰ ਦਿੱਤਾ ਹੈ ਅਤੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਕਿ 2.25 ਲੱਖ ਵੋਟ ਦੇ ਨਾਲ, 1,76,000 ਵੋਟ ਦੇ ਨਾਲ ਜਲੰਧਰ ਦੀ ਸੀਟ ਜਿੱਤੀ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਡੀ ਲੀਡ ਜਿਹੜੇ ਕਿ ਪ੍ਰਧਾਨ ਮੰਤਰੀ ਰਹੇ ਹੈ ਸ਼੍ਰੀ ਇੰਦਰ ਕੁਮਾਰ ਗੁਜਰਾਲ ਦੀ 1,31,000 ਦੀ ਸੀ, ਲੇਕਿਨ ਇਸ ਵਾਰ ਲੋਕਾਂ ਨੇ 1,76,000 ਵੋਟਾਂ ਦੇ ਨਾਲ ਜਿਤਾ ਕੇ ਇੱਕ ਇਤਿਹਾਸਿਕ ਫੈਸਲਾ ਲਿਆ। ਮੈਂ ਸਾਰੇ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਨਾ ਅਤੇ ਉੱਥੇ ਅੱਜ ਮੈਂ ਚਮਕੌਰ ਸਾਹਿਬ ਦੇ ਵਿੱਚ ਸਿੰਘਾਂ ਸ਼ਹੀਦਾਂ ਦਾ ਸਤਿਕਾਰ ਕਰਨ ਲਈ, ਉਹਨਾਂ ਨੂੰ ਸਮਰਪਿਤ ਹੋਣ ਲਈ, ਉਹਨਾਂ ਦੇ ਆਸ਼ੀਰਵਾਦ ਲੈਣ ਲਈ ਪਹੁੰਚਿਆ। ਇਸੇ ਧਰਤੀ ਤੋਂ ਮੈਂ ਆਸ਼ੀਰਵਾਦ ਲੈ ਕੇ ਜਲੰਧਰ ਦੇ ਵਿੱਚ ਚੋਣ ਲੜਨ ਗਿਆ ਸੀ, ਬਹੁਤ ਵੱਡੀ ਜਿੱਤ ਹੋਈ ਹੈ ਅਤੇ ਅੱਜ ਸ਼ੁਕਰਾਨੇ ਵਜੋਂ ਮੈਂ ਚਮਕੌਰ ਸਾਹਿਬ ਬਾਬਿਆਂ ਦੇ ਆਸ਼ੀਰਵਾਦ ਲੈਣ ਲਈ ਦੁਬਾਰੇ ਆਇਆ। ਮੈਂ ਬਹੁਤ ਧੰਨਵਾਦੀ ਹਾਂ ਅਤੇ ਨਾਲ ਹੀ ਮੈਂ ਚਮਕੌਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਮੈਂ ਸਿਰਫ ਇੱਕ ਵਾਰ ਉਹਨਾਂ ਨੂੰ ਵੋਟਾਂ ਲਈ ਕਹਿਣ ਆਇਆ ਅਤੇ ਉਹਨਾਂ ਨੇ ਇਸ ਲੋਕ ਸਭਾ ਇਲੈਕਸ਼ਨ 'ਚ 17,000 ਦੀ ਲੀਡ ਦਵਾ ਕੇ ਕਾਂਗਰਸ ਪਾਰਟੀ ਨੂੰ ਜਿਤਾਇਆ। ਮੈਂ ਸਾਰੇ ਚਮਕੌਰ ਸਾਹਿਬ ਦੇ ਲੋਕਾਂ ਦਾ ਇਸ ਪਿਆਰ ਲਈ, ਸਤਿਕਾਰ ਲਈ ਧੰਨਵਾਦ ਕਰਦਾ। ਚੰਨੀ ਸਾਹਿਬ, ਕਦੇ ਸੋਚਿਆ ਸੀਗਾ ਵੀ ਜਲੰਧਰ ਦੇ ਵਿੱਚ ਗਏ ਹੋ ਅਤੇ ਐਡੀ ਵੱਡੀ ਲੀਡ ਮਿਲੇਗੀ? ਕਦੇ ਤੁਹਾਡੇ ਜ਼ਹਿਨ ਦੇ ਵਿੱਚ, ਆਪਣੇ ਐਸਟੀਮੇਟ ਜਿਹੜੇ ਲਾਉਂਦੇ ਲੀਡਰ, ਉਹਦੇ ਵਿੱਚ ਕਦੇ ਸਰਵਿਆਂ ਦੇ ਵਿੱਚ ਕਦੇ ਸੋਚਿਆ ਸੀ ਵੀ ਐਡੀ ਵੱਡੀ ਲੀਡ ਆ ਜਾਏਗੀ? ਮੈਂ ਅਸਲ ਦੇ ਵਿੱਚ ਉੱਥੇ ਜਾਂਦਾ ਸੀ ਤਾਂ ਲੋਕ ਬੜੇ ਪਿਆਰ ਦਿੰਦੇ ਸੀ, ਲੇਕਿਨ ਮੈਨੂੰ ਇੰਨੀ ਉਮੀਦ ਨਹੀਂ ਸੀ ਕਿ ਮੈਨੂੰ ਇੰਨਾ ਪਿਆਰ ਉੱਥੇ ਮਿਲਣਾ ਅਤੇ ਇੱਕ ਇਤਿਹਾਸਿਕ ਜਿੱਤ ਹੈ ਜਿਹੜੀ ਉੱਥੇ ਹੋਣੀ ਹੈ। ਮੈਂ ਫਿਰ ਲੋਕਾਂ ਦਾ ਬਹੁਤ ਧੰਨਵਾਦ ਕਰਦਾ। ਚਲ ਸਰ, ਭਗਵੰਤ ਮਾਨ ਹੋਰੀ ਕਹਿੰਦੇ ਰਹੇ ਨੇ 13-0 ਦਾ ਨਾਰਾ ਦਿੰਦੇ ਰਹੇ ਨੇ ਸਾਰੇ ਚੋਣਾਂ ਦੇ ਦੌਰਾਨ ਵੀ 13-0 ਹੋ ਜਾਣੀ ਹੈ, ਕੀ ਕਹਿਣਾ ਚਾਹੁੰਦੇ ਹੋ? ਅਗਲਾ ਏਕਾ ਉੜ ਗਿਆ ਅਤੇ ਪਿਛਲਾ 30 ਰਹਿ ਗਿਆ।
ਮੈਂ ਫਿਰ ਕੱਲ੍ਹ ਵੀ ਕਿਹਾ ਸੀ ਇਹ ਜਿਹੜਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ 13 ਦਿਨ ਮੂਹਰੇ ਤੇ ਏਕਾ ਤਾਂ ਉੜ ਗਿਆ ਤੇ ਅਸਲ ਦੇ ਵਿੱਚ ਇਹ ਝਾੜੂ ਉੜ ਗਿਆ, ਝਾੜੂ ਖਿਲਰ ਗਿਆ ਤੇ ਇੱਥੇ ਕੋਈ ਗੱਲ ਹੁਣ ਇਹਨਾਂ ਦੀ ਹੈ ਰਹਿ ਨਹੀਂ ਗਈ। ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕਰਾਂਗਾ ਔਰ ਮੈਂ ਮੰਗ ਕਰਦਾ ਉਹਨਾਂ ਤੋਂ ਕਿ ਉਹ ਤੁਰੰਤ ਆਪਣਾ ਇਖਲਾਕੀ ਤੌਰ 'ਤੇ ਅਸਤੀਫਾ ਦੇਣ ਅਤੇ ਇਹ ਨਾ ਹੋਵੇ ਕਿ ਉਹਦੇ MLA ਉਹਨਾਂ ਨੂੰ ਰਲ ਕੇ ਉਤਾਰ ਦੇਣ। ਇਸ ਲਈ ਅਸੀਂ ਮੰਗ ਕਰਦੇ ਹਾਂ ਕਾਂਗਰਸ ਪਾਰਟੀ ਵੱਲੋਂ ਕਿ ਉਹ ਤੁਰੰਤ ਅਸਤੀਫਾ ਦੇਣ। ਕੀ ਲੱਗਦਾ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ 92 MLA ਜਿਤਾ ਕੇ ਐਡਾ ਵੱਡਾ ਇੱਕ ਜਿਹੜਾ ਮੈਂਡੇਟ ਜਿਹੜਾ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ, ਪਰ ਕੀ ਲੱਗਦਾ ਸਭਾ 2 ਸਾਲ ਦੀ ਕਾਰਗੁਜ਼ਾਰੀ ਤੋਂ ਲੋਕ ਇੰਨੇ ਨਾਰਾਜ਼ ਹੋ ਗਏ ਵੀ ਅੱਜ ਹਾਲਾਤ ਜਿਹੜੇ ਨੇ ਆਮ ਆਦਮੀ ਪਾਰਟੀ ਦੇ 3 ਸੀਟਾਂ ਤੱਕ ਸਿਮਟ ਕਰ ਗਏ? ਮੈਂ ਪਹਿਲਾਂ ਵੀ ਕਿਹਾ ਸੀ ਵੀ ਸਟੇਜ ਚਲਾਉਣ ਔਰ ਸਟੇਟ ਚਲਾਉਣ ਦੇ ਵਿੱਚ ਫਰਕ ਹੁੰਦਾ ਹੈ। ਜ਼ਰੂਰੀ ਨਹੀਂ ਜਿਹੜਾ ਬੰਦਾ ਸਟੇਜ ਚਲਾਉਂਦਾ ਉਹ ਸਟੇਟ ਵੀ ਚਲਾ ਸਕੇ। ਸੋ ਉਹੀ ਗੱਲ ਹੋਈ ਹੈ, ਭਗਵੰਤ ਮਾਨ ਜੀ ਸਟੇਟ ਨੂੰ ਚਲਾਉਣ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਹੈ। ਉਹ ਅੱਜ ਤੱਕ ਆਪਣੇ ਆਪ ਨੂੰ ਸਟੇਜ ਕਲਾਕਾਰ ਹੀ ਸ਼ੋਅ ਕਰਦੇ ਆਏ ਹੈ ਅਤੇ ਡਰਾਮੇ ਹੀ ਕਰਦੇ ਰਹੇ ਹੈ। ਉਹਨਾਂ ਦੇ ਡਰਾਮਿਆਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਅਸਲੀਅਤ ਵਿੱਚ ਉਹ ਕੁਛ ਵੀ ਕਰ ਨਹੀਂ ਸਕੇ, ਨਾ ਹੀ ਉਹਨਾਂ ਪਾਸ ਕੁਝ ਦੱਸਣ ਨੂੰ ਹੈ। ਸੋ ਇਸ ਨਾਕਾਮੀ ਕਰਕੇ ਲੋਕਾਂ ਨੇ ਅੱਜ ਉਹਨਾਂ ਨੂੰ ਰਿਜੈਕਟ ਕੀਤਾ ਹੈ। ਸੋ ਅੱਜ ਜ਼ਰੂਰਤ ਹੈ ਕਿ ਉਹ ਪਾਸੇ ਹੋ ਜਾਣ ਅਤੇ ਕਿਸੇ ਯੋਗ ਬੰਦੇ ਨੂੰ ਅੱਗੇ ਲੈ ਕੇ ਆਉਣ। ਸਭ ਕੀ ਲੱਗਦਾ ਭਾਜਪਾ ਨੇ ਨਾਰਾ ਦਿੱਤਾ ਸੀ ਅਬਕੀ ਬਾਰ 400 ਕੇ ਪਾਰ, ਪਰ 300 ਵੀ ਪਾਰ ਨਹੀਂ ਹੋ ਪਾਈ? ਇਹ ਸਾਰਾ ਨਾਰੇ ਔਰ ਢਕੌਂਸਲੇਬਾਜ਼ੀ ਸੀਗੀ। ਇਹਨਾਂ ਨੇ ਮੀਡੀਆ ਨੂੰ ਮੈਨੇਜ ਕਰਕੇ ਇੱਕ ਹਾਈਪ ਕ੍ਰੀਏਟ ਕੀਤੀ ਵੀ ਸੀ। ਅਸਲ ਦੇ ਵਿੱਚ ਲੋਕ ਇਹਨਾਂ ਦੀ ਨਫ਼ਰਤ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹੈ ਅਤੇ ਨਫ਼ਰਤ ਜਿਹੜੇ ਫੈਲਾ ਰਹੇ ਹੈ, ਜਿਹੜੇ ਫਿਰਕਿਆਂ ਦੇ ਵਿੱਚ, ਧਰਮਾਂ ਦੇ ਵਿੱਚ, ਜਾਤਾਂ ਦੇ ਵਿੱਚ, ਗਰਾਸ ਰੂਟ ਤੱਕ ਇਹ ਫੈਮਿਲੀਆਂ ਤੱਕ ਨਫ਼ਰਤ ਪੈਦਾ ਕਰ ਰਹੇ ਹੈ, ਉਸ ਰਾਜਨੀਤੀ ਨੂੰ ਦੇਸ਼ ਦੇ ਲੋਕਾਂ ਨੇ ਨਕਾਰ ਦਿੱਤਾ ਹੈ। ਅਤੇ ਦੇਸ਼ ਦੇ ਲੋਕ ਇੱਥੇ ਪਿਆਰ ਔਰ ਸਦਭਾਵਨਾ ਆਪਸੀ ਸਾਂਝ ਦੇ ਨਾਲ ਰਹਿਣਾ ਚਾਹੁੰਦੇ ਹੈ, ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਿਆਰ ਦੀ ਰਾਜਨੀਤੀ ਹੋਰ ਅੱਗੇ ਵਧੇਗੀ। ਕੀ ਲੱਗਦਾ ਕੇਂਦਰ ਦੇ ਵਿੱਚ ਜਿਸ ਤਰੀਕੇ ਦੇ ਸਮੀਕਰਨ ਬਣੇ ਹੋਏ ਨੇ, ਕੀ ਲੱਗਦਾ ਤੁਹਾਨੂੰ ਵੀ ਕਿਹੜੀ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਬਣੇਗੀ? ਆਉਣ ਵਾਲੇ 2-4 ਦਿਨਾਂ 'ਚ ਕਲੀਅਰ ਹੋ ਜਾਏਗਾ, ਲੇਕਿਨ ਇੱਕ ਗੱਲ ਹੈਗੀ ਹੈ ਕਿ BJP ਨੂੰ ਜਾਂ ਕਿਸੇ ਪਾਰਟੀ ਨੂੰ ਵੀ ਮੈਜੋਰਟੀ ਨਹੀਂ ਆਈ। ਜਿਹੜੇ 400 ਪਾਰ ਦੀਆਂ ਗੱਲਾਂ ਕਰਦੇ ਸੀ ਉਹ 400 ਤੋਂ ਕਿਆ ਅੱਧ ਦੇ ਵੀ ਨੇੜੇ ਨਹੀਂ ਜਾ ਸਕੇ। ਪਰ ਕੀ ਲੱਗਦਾ ਕੁਝ ਗੱਠਜੋੜਾਂ ਦੀਆਂ ਗੱਲ ਚੱਲ ਰਹੀਆਂ ਚਰਚਾਵਾਂ? ਤੁਸੀਂ ਅਖਬਾਰਾਂ ਵਿੱਚ ਪੜ੍ਹਦੇ ਹੋ ਤਾਂ ਹੋ ਸਕਦਾ ਹੈ ਕਿ BJP ਦੀ ਸਰਕਾਰ, BJP ਜਿਹੜੀ ਨਫ਼ਰਤ ਵਾਲੇ ਲੋਕ ਆ ਉਹ ਬਾਹਰ ਰਹਿ ਕੇ ਇੱਕ ਪਿਆਰ ਦਾ ਸੁਨੇਹਾ ਪਾਰਲੀਮੈਂਟ ਦੇ ਵਿੱਚ ਆਵੇ ਅਤੇ ਇੱਕ ਨਵੀਂ ਸਰਕਾਰ ਇੱਥੇ ਅੱਗੇ ਨੂੰ ਬਣੇ। ਬਿਲਕੁਲ, ਇਹ ਸਨ ਚਰਨਜੀਤ ਸਿੰਘ ਚੰਨੀ, ਕੈਮਰਾਮੈਨ ਸਰਬਜੀਤ ਸਿੰਘ ਦਰਾਲ, ਜਗਜੀਤ ਜੱਗੀ, PTC ਨਿਊਜ਼, ਰੋਪੜ।